ਪੰਜਾਬ 'ਚ ਪੰਚਾਇਤੀ ਚੋਣਾਂ ਦਾ ਨਾਮਜ਼ਦਗੀ ਫਾਰਮ ਭਰਨ ਦਾ ਅੱਜ ਆਖਰੀ ਦਿਨ ਹੈ। ਪਬਲਿਕ ਕਾਲਜ ਸਮਾਣਾ ਦੇ ਵਿੱਚ ਸਮਾਣਾ ਹਲਕੇ ਵਿੱਚ ਜਿੰਨੇ ਪਿੰਡ 105 ਪੰਚਾਇਤਾਂ ਹੈ, ਜਿਸ ਦੇ ਤਹਿਤ ਕੁਛ ਪਿੰਡਾਂ 'ਚ ਸਰਬਸੰਮਤੀ ਹੋਈ ਹੈ, ਲੇਕਿਨ 11 ਵਜੇ ਨਾਮਜ਼ਦਗੀ ਫਾਰਮ ਭਰਨ ਦਾ ਸਮਾਂ ਹੈ। ਜਿਹੜੇ ਨਾਮਜ਼ਦਗੀ ਉਮੀਦਵਾਰ ਭਰਨ ਦੇ ਲਈ ਉਮੀਦਵਾਰਾਂ ਵੱਲੋਂ ਸਰਪੰਚ ਹੈ, ਕੋਈ ਮੈਂਬਰ ਹੈ, ਪੰਚਾਇਤ ਮੈਂਬਰ ਹੈ, ਉਹਨਾਂ ਵੱਲੋਂ ਸਵੇਰੇ 4 ਵਜੇ ਦੱਸਿਆ ਗਿਆ ਵੀ 4 ਵਜੇ ਤੁਸੀਂ ਲਾਈਨਾਂ 'ਚ ਖੜ੍ਹੇ ਹਾਂ। ਔਰ ਜਿਸ ਤਰ੍ਹਾਂ ਇੱਕ ਦਿਨ ਹੀ ਹੈ, ਲਾਸਟ ਦਿਨ 11 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ, ਲੋਕ ਕਹਿ ਰਹੇ ਵੀ ਟਾਈਮ ਵਧਣਾ ਚਾਹੀਦਾ ਹੈ, ਕਿਉਂਕਿ ਇੱਕ ਦਿਨ ਦੇ ਵਿੱਚ ਇੰਨੇ ਲੋਕ ਨਾਮਜ਼ਦਗੀ ਫਾਰਮ ਨਹੀਂ ਜਮ੍ਹਾਂ ਕਰਾ ਸਕਦੇ। ਅਬ ਪ੍ਰਸ਼ਾਸਨ ਕਿਸ ਤਰ੍ਹਾਂ ਇਸ ਮਸਲੇ ਨੂੰ ਹੱਲ ਕਰਦਾ ਹੈ ਜਾਂ ਸਰਕਾਰ ਇਹਨੂੰ ਟਾਈਮ ਵਧਾਉਂਦੀ ਹੈ, ਲੇਕਿਨ ਔਰਤਾਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਿਹੜੇ ਉਮੀਦਵਾਰ ਹੈ ਆਪਣੇ ਨਾਮਜ਼ਦਗੀ ਫਾਰਮ ਭਰਨ ਦੇ ਲਈ ਨਾਮ ਅਧਿਕਾਰੀਆਂ ਕੋਲ ਪਹੁੰਚੇ ਹੈ, ਲੇਕਿਨ ਅਧਿਕਾਰੀਆਂ ਨੇ 11 ਵਜੇ ਆਉਣਾ ਹੈ, 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਫਾਰਮ ਜਮ੍ਹਾਂ ਹੋਣਗੇ। ਕੱਲ੍ਹ ਨੂੰ ਉਹਨਾਂ ਦੀ ਪੜਤਾਲ ਹੋਣੀ ਹੈ, ਉਸ ਦੇ ਬਾਅਦ ਇਹ ਅਗਲਾ ਪ੍ਰੋਸੈਸ ਚੱਲੇਗਾ। ਲੇਕਿਨ ਲੋਕ ਇੱਕ ਮੰਗ ਕਰ ਰਹੇ ਵੀ ਜੇ ਨਾਮਜ਼ਦਗੀ ਫਾਰਮ ਭਰਨ ਦੀ ਡੇਟ ਹੈ ਉਹ ਇੱਕ ਦਿਨ ਕੀ ਦਿੱਤੀ, ਲਾਸਟ ਦਿਨ ਹੈ, ਇੱਕ ਦੋ ਦਿਨ ਹੋਰ ਦਿਆ ਜਾਵੇ। ਕੀ ਨਾਮ ਹੈ ਤੁਹਾਡਾ? ਪਿੰਡ ਗਦੈਲਪੁਰਾ ਸਾਹਿਬ, ਸਰਪੰਚ ਰੁੱਦਾ ਸਿੰਘ। ਇਹ ਗਰਮੀ ਦਾ ਚੱਕਰ ਰਿਸ਼ਕੇ ਐਸਾ ਸਾਡਾ। ਕੌਣ ਖੜਿਆ ਤੁਹਾਡੇ ਪਰਿਵਾਰ ਤੋਂ? ਸਾਡੇ ਮੇਰੀ ਨੂੰਹ ਖੜੀ ਹੈ ਜੀ। ਅੱਛਾ, ਤੁਹਾਡੀ ਨੂੰਹ ਖੜੀ ਹੈ? ਹਾਂਜੀ। ਤੇ ਬੱਚੇ ਕਿਹੜੇ ਮਹੀਨੇ ਗੋਦੀ ਮੈਂ ਤੁਹਾਡੇ? ਬੱਚੇ ਦੋ ਨੂੰਹ ਦੇ ਨੇ ਜੀ। ਦੋਨੋਂ ਇੱਕ ਜੁੜਵੇਂ ਹੈ? ਨਵੇਂ ਜੀ। ਅੱਛਾ, ਇੱਕ ਡੇਢ ਸਾਲ ਦਾ। ਤੇ ਇਹ ਜਵਾਕ? ਨੇ ਡੇਢ ਸਾਲ ਦਾ ਰਹੇ ਜੀ। ਕਰਮਜੀਤ ਕੌਰ। ਹਾਂ, ਪਿੰਡ ਕਿਹੜਾ? ਕਮਾਲਪੁਰ ਜੀ। ਹਾਂਜੀ ਹਾਂ, ਜਮ੍ਹਾਂ ਕਰਾਉਣਾ ਹੈ। ਮੈਂਬਰੀ ਕਾ ਸਰਪੰਚੀ ਕਾ? ਸਰਪੰਚੀ ਦੇ ਸਰ। ਹਾਂਜੀ, ਲੇਡੀਜ਼ ਰਿਜ਼ਰਵ ਹੈ ਤੁਹਾਡਾ? ਹਾਂ, ਲੇਡੀਜ਼ ਰਿਜ਼ਰਵ ਹੈ। ਕੋਈ ਗੱਲ ਨਹੀਂ ਸਰ, ਖੜਾਂਗੇ। ਹਾਂ, ਪਰ ਕੀ ਜਾਵਾਂਗੇ, ਹੁਣ ਤਾਂ ਆ ਗਏ। ਐਨਓਸੀ ਮਿਲ ਗਈ ਤੁਹਾਨੂੰ? ਹਾਂਜੀ ਹਾਂ, ਸਾਰੀ ਮਿਲ ਗਈ, ਸਾਰੇ ਡਾਕੂਮੈਂਟ ਪੂਰੇ ਨੇ ਆਪਣੇ। ਅਸੀਂ ਆ ਗਏ 4 ਵਜੇ। ਤੇ ਹੁਣ ਲਾਈਨ ਕਿੰਨੀ ਲੰਬੀ ਦੇਖ ਰਹੇ ਹੋ? ਲਾਈਨ ਹਜੇ ਵੀ ਸਾਡੇ ਤੋਂ ਬਹੁਤ ਲੰਬੀ ਹੈ ਜੀ, ਹਾਲੇ ਮਨ ਕਰੇ ਸਾਨੂੰ 2 ਘੰਟੇ ਲੱਗ ਜਾਣ ਜੀ। ਹਾਂਜੀ, ਅੱਜ ਸਾਰੇ ਹੋ ਜਾਣਗੇ ਪੂਰੇ, ਲੱਗਦੇ ਤੁਹਾਨੂੰ 3-4 ਘੰਟੇ ਦੇ ਕੰਮ? ਸਾਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਜੀ, ਜਿਹੜੇ ਹਾਲ ਤੱਕ ਇਸ ਹਿਸਾਬ ਨਾਲ ਹਾਲੇ ਤੱਕ ਹੁਣ ਸ਼ੁਰੂ ਵੀ ਨਹੀਂ ਕੀਤਾ ਤੇ ਲੱਗਦਾ ਹੀ ਨਹੀਂ ਹੈਗਾ ਵੀ ਸਾਨੂੰ ਇਹ ਕੰਪਲੀਟ ਹੋ ਜਾਣਗੇ। ਮੈਂ ਫਾਰਮ ਜਮ੍ਹਾਂ ਕਰਾਉਣ ਦਾ। ਹਾਂਜੀ, ਪਰ ਸਾਨੂੰ ਨਹੀਂ ਲੱਗ ਰਿਹਾ, ਅਸੀਂ ਤਾਂ ਪਰ ਪਰੇਸ਼ਾਨ ਹੋ ਰਹੇ ਹਾਂ ਇਸ ਟਾਈਮ ਖੜ ਕੇ, 4 ਵਜੇ ਦੇ ਖੜ ਕੇ। ਸੋਨੀ ਸਿੰਘ ਜੀ? ਨਹੀਂ, ਪੰਚੀ ਦਾ ਜੀ। ਪੰਚੀ ਦਾ? ਹਾਂਜੀ, ਫਤਿਹ ਮਾਜਰੀ ਤੋਂ। ਫਤਿਹ ਮਾਜਰੀ ਤੋਂ ਜੀ। ਤੇ ਇਹ ਲੰਬੀ ਲੈਣਾ ਲੱਗਦਾ ਉਹਦੇ ਟਾਈਮ ਪੂਰਾ ਜੀ? ਦੇਖੋ ਜੀ, ਬਾਕੀ ਭੀੜ ਬਹੁਤ ਆ, ਬਾਕੀ ਪਤਾ ਲੱਗਦਾ। ਇੱਕ ਇਹ ਕਰਿਆ, ਟਾਈਮ ਵਧਣਾ ਚਾਹੀਦਾ, ਟਾਈਮ ਵਧਣਾ ਚਾਹੀਦਾ ਜੀ, ਬਿਲਕੁਲ ਵਧਣਾ ਚਾਹੀਦਾ। ਜਿਹਦੇ ਆਸ ਆ ਉਹਨਾਂ ਨੂੰ ਨਾ ਮਿਲੀ ਫਿਰ ਵੀ ਉਹ ਆ, ਜਿਹਦੇ ਫਾਰਮ ਨਾ ਹੀ ਜਮ੍ਹਾਂ ਹੋਏ। ਜਸਬੀਰ ਕੌਰ। ਕਿਹੜੇ ਪਿੰਡ ਤੋਂ? ਸਮਾਨਪੁਰ ਤੋਂ। ਇਹ ਇੰਨੀ ਲੰਬੀ ਲੈਣਾ ਕਿ ਲੱਗ ਜਾ ਟਾਈਮ, ਤੁਹਾਡਾ ਟਾਈਮ ਪੂਰਾ? ਪਤਾ ਨਹੀਂ ਜੀ, ਵੇਖੋ ਕੀ ਬਣਦਾ ਜੀ। ਕਿੰਨੇ ਟਾਈਮ ਹੋਏ ਖੜੇ ਤੁਹਾਨੂੰ? ਅੱਛਾ, ਤਾਂ ਅਜੇ 10 ਮਿੰਟ ਹੋਏ ਖੜੇ ਆਣ। ਆਏ ਹੋ ਜੇ ਤੁਸੀਂ? ਹਾਂਜੀ ਹਾਂਜੀ। ਅੱਜ ਵੀ ਬਹੁਤ ਸਾਰੇ ਜਿਹੜੇ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਹੈਗੇ ਆ, 11 ਵਜੇ ਸ਼ੁਰੂ ਹੋ ਜਾਣਾ ਨਾਮਜ਼ਦਗੀ ਅਤੇ 3 ਵਜੇ ਤੱਕ ਚੱਲੇਗਾ। ਅਤੇ ਪ੍ਰਸ਼ਾਸਨ ਵੱਲੋਂ ਇਹ ਵਿਸ਼ਵਾਸ ਦਵਾਇਆ ਜਾਂਦਾ ਹੈਗਾ ਵੀ ਫੇਰ ਹੋਏਗਾ ਜੀ, ਐਂਡ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ। ਬਕਾਇਦਾ ਉੱਥੇ ਸਿਕਿਉਰਿਟੀ ਲੱਗੀ ਹੈਗੀ ਹੈ, ਐਂਡ ਇੱਕ ਅਧਿਕਾਰੀ ਦੀ ਡਿਊਟੀ ਵੀ ਲਗਾਈ ਜਾ ਰਹੀ ਹੈਗੀ ਹੈ। ਬਸ ਉਮੀਦਵਾਰ ਜਿਹੜੇ ਚੋਣਾਂ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਆਪਦਾ ਇੰਟਰ ਹੋ ਜਾਣ। 3 ਵਜੇ ਤੱਕ ਜਿਹੜੇ ਵੀ ਉਮੀਦਵਾਰ ਆਪਣੇ ਕਾਗਜ਼ ਪੱਤਰ ਲੈ ਕੇ ਇੰਟਰ ਹੋ ਜਾਣਗੇ, ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਹਰ ਹਾਲਤ 'ਚ ਲਏ ਜਾਣਗੇ ਜੀ। ਆਪਣੇ ਸਬਡਿਵੀਜ਼ਨ ਦੇ ਵਿੱਚ ਕਿੰਨੇ ਕੁ ਪੰਚਾਇਤਾਂ ਦੇ ਇਲੈਕਸ਼ਨ ਹੋਣ ਜਾ ਰਿਹਾ? ਇਹ ਹੈਗਾ ਵੀ 73 ਪਿੰਡ ਨੇ ਜੀ ਆਪਣੇ SDM ਜਿਹੜਾ ਸਮਾਣਾ ਦੇ ਅੰਡਰ 73 ਨੇ, ਅਤੇ ਸਾਰਿਆਂ ਦੇ ਹੋ ਰਹੇ ਨੇ। ਬਾਕੀ ਜੇ ਕੋਈ ਕਾਗਜ਼ ਵਾਪਸ ਲੈਣਗੇ ਤਾਂ ਸਰਬਸੰਮਤੀ ਜਿਹੜੀ ਹੈਗੀ ਹੋ ਜਾਏਗੀ, ਤਾਂ ਅੱਛੀ ਗੱਲ ਹੈ, ਉਹਦੇ ਨਾਲ ਅੱਛਾ ਵਿਕਾਸ ਹੋ ਜਾਂਦਾ ਪਿੰਡ ਦਾ। ਅਤੇ ਮੈਂ ਇਹ ਬੇਨਤੀ ਵੀ ਕਰਦਾ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਚੋਣ ਲੜਨ ਦੇ ਚਾਹਵਾਨ ਨੇ ਵੀ ਹਜੇ ਵੀ ਆਪਣੇ ਕੋਲ ਟਾਈਮ ਹੈਗਾ, ਜੇ ਅਸੀਂ ਸਰਬਸੰਮਤੀ ਕਰ ਲਾਂਗੇ ਤਾਂ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਇਆ ਮਿਲਣਾ। ਅਤੇ ਸਰਬਸੰਮਤੀ ਵਾਲੀ ਜਿਹੜੀ ਪੰਚਾਇਤ ਹੁੰਦੀ ਹੈ ਉਹ ਬਹੁਤ ਵਧੀਆ ਕੰਮ ਕਰਦੀ ਹੁੰਦੀ ਹੈ, ਪਿੰਡਾਂ ਦਾ ਵਿਕਾਸ ਬਹੁਤ ਵਧੀਆ ਹੋਏਗਾ। ਥੈਂਕ ਯੂ ਸਰ, ਥੈਂਕ ਯੂ। ਦੇਖੋ ਜੀ, ਬੋਰਸ ਲਾਈ ਹੋਈ ਆ,
ਬਾਕੀ ਆ ਰਹੇ ਆ ਪਬਲਿਕ ਕਾਫੀ ਆ ਰਹੀ ਹੈ ਫਾਈਲਾਂ ਜਮ੍ਹਾਂ ਕਰਾਉਣ ਵਾਸਤੇ ਅੱਜ। ਨਾਮਜ਼ਦਗੀ ਫਾਰਮ ਟਾਈਮ ਕਿੰਨੇ ਵਜੇ ਭਰਨ ਦਾ? 11 ਵਜੇ ਜੀ। 11 ਤੋਂ ਲੈ ਕੇ 11 ਤੋਂ 3 ਵਜੇ ਤੱਕ ਪਬਲਿਕ ਇੰਨੀ ਕੰਟਰੋਲ ਹੋ ਜਾਏਗੀ? ਹਾਂਜੀ ਕੰਟਰੋਲ ਹੋ ਰਹੀ ਹੈ ਜੀ, ਪੂਰੀ ਕਰ ਰਹੇ ਹਾਂ। ਫੋਰਸ ਹੋਰ ਬੁਲਾ ਰਹੇ ਹੋ? ਹਾਂਜੀ ਆ ਰਹੇ ਨੇ ਜੀ, ਫੋਰਸ ਹੋ ਰਹੇ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।